ਮੈਂ ਕਿਸੇ ਦਾ ਕਾਪੀ ਰਾਈਟਰ ਨਹੀਂ ਹੈ, ਕਿਸੇ ਦਾ ਮੈਂ ਕਾਪੀ ਨਹੀਂ ਕਰਦਾ। ਮੇਰੇ ਆਪਣਾ ਹੀ ਆਰਟ ਹੁੰਦਾ, ਆਪਣਾ ਹੀ ਮਟੀਰੀਅਲ ਹੁੰਦਾ, ਮੇਰਾ ਆਪਣਾ ਹੀ ਆਈਡੀਆ ਹੁੰਦਾ। ਮੇਰੇ ਮਕਾਨ ਵਿਕੇ, ਕੋਠੀ ਵਿਕੀ ਸੀ, ਪਲਾਟ ਵਿਕੇ, ਪਰ ਅੱਜ ਤੱਕ ਕਿਸੇ ਦਾ ਇਸ ਇੰਨੇ ਵੱਡੇ ਪ੍ਰੋਜੈਕਟ 'ਤੇ ਧਿਆਨ ਨਹੀਂ ਧਿਆਨ। ਸਿਟੀ ਬਿਊਟੀਫੁੱਲ ਯਾਨੀ ਚੰਡੀਗੜ੍ਹ, ਜਿਹੜਾ ਆਪਣੇ ਅਗੋਸ਼ ਵਿੱਚ ਬਹੁਤ ਕੁਝ ਸਮੇਟ ਕੇ ਬੈਠਿਆ, ਭਾਵੇਂ ਰੌਕ ਗਾਰਡਨ ਦੀ ਗੱਲ ਹੋਵੇ ਜਾਂ ਫਿਰ ਰੋਜ਼ ਗਾਰਡਨ ਦੀ, ਇਸ ਦੇ ਬਾਰੇ ਤਾਂ ਲੋਕ ਜਾਣਦੇ ਹੀ ਹਨ। ਲੇਕਿਨ ਅਸੀਂ ਚੰਡੀਗੜ੍ਹ ਸ਼ਹਿਰ ਦੇ ਇੱਕ ਹਿੱਸੇ ਵਿੱਚ ਬਣਿਆ ਇਹ ਸੈਨੇਟਰੀ ਗਾਰਡਨ, ਜਿਹੜਾ ਸਭ ਨੂੰ ਆਪਣੇ ਵੱਲ ਖਿੱਚਦਾ, ਉਹ ਵੀ ਆਪਣੀ ਅਨੂਠੀ ਕਲਾਕ੍ਰਿਤੀਆਂ ਦੇ ਚੱਲਦੇ, ਅੱਜ ਉਸੇ ਦਾ ਦੀਦਾਰ ਤੁਹਾਨੂੰ ਕਰਵਾਉਣ ਜਾ ਰਹੇ ਹਾਂ। ਨਮਸਤੇ, ਸਤਿ ਸ਼੍ਰੀ ਅਕਾਲ, ਮਾਈ ਪੰਜਾਬੀ ਟੀ ਵੀ ਵੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਦੋਸਤੋ, ਕਿਸੇ ਸ਼ਾਇਰ ਨੇ ਬੇਹੱਦ ਖੂਬ ਲਿਖਿਆ ਹੈ ਕਿ ਮੰਜ਼ਿਲੇ ਕਿਆ ਹੈ, ਰਾਸਤਾ ਕਿਆ ਹੈ, ਗਰ ਹੋ ਬੁਲੰਦ ਹੌਸਲਾ ਤੋ ਫਿਰ ਫਾਸਲਾ ਕਿਆ ਹੈ, ਕਾਮ ਕਰੋ ਐਸਾ ਕਿ ਮਿਸਾਲ ਬਣ ਜਾਏ, ਕਦਮ ਚਲੋ ਐਸੇ ਕਿ ਹਰ ਕਦਮ ਕੇ ਸਾਥ ਨਿਸ਼ਾਨ ਬਣ ਜਾਏ। ਯੂੰ ਤੋ ਜ਼ਿੰਦਗੀ ਹਰ ਕੋਈ ਕਾਟ ਲੇਤਾ ਹੈ, ਲੇਕਿਨ ਜ਼ਿੰਦਗੀ ਜੀਓ ਐਸੇ ਕਿ ਦੂਸਰੋ ਕੇ ਲੀਏ ਮਿਸਾਲ ਬਣ ਜਾਏ। ਜੀ ਹਾਂ, ਇਹ ਲਾਈਨਾਂ ਬਿਲਕੁਲ ਸਟੀਕ ਬੈਠਦੀਆਂ ਨੇ, ਜਾਂ ਆਖ ਲਿੱਤਾ ਜਾਵੇ ਕਿ ਇਹ ਲਾਈਨਾਂ ਬਿਲਕੁਲ ਢੁੱਕਦੀਆਂ ਨੇ ਉਸ ਸ਼ਖਸੀਅਤ ਦੇ ਉੱਤੇ ਜਿਸਦਾ ਨਾਂ ਹੈ ਵਿਜੇ ਪਾਲ ਗੋਇਲ, ਜਿਨ੍ਹਾਂ ਵੱਲੋਂ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋਵੋਗੇ ਕਲਾ ਸਾਗਰ, ਜਿਹਦਾ ਨਿਰਮਾਣ ਕੀਤਾ ਗਿਆ। ਲੇਕਿਨ ਸਭ ਤੋਂ ਵੱਡੀ ਖਾਸ ਗੱਲ ਕਿ ਤੁਸੀਂ ਜਦੋਂ ਨਜ਼ਰ ਮਾਰੋਗੇ ਇਹਨਾਂ ਪੂਰੀਆਂ ਚੀਜ਼ਾਂ ਦੇ ਉੱਤੇ, ਤਾਂ ਤੁਸੀਂ ਹੈਰਾਨ ਰਹਿ ਜਾਵੋਗੇ ਕਿ ਇਹ ਤਮਾਮ ਚੀਜ਼ਾਂ ਵੇਸਟ ਮਟੀਰੀਅਲ ਦੇ ਨਾਲ ਤਿਆਰ ਕੀਤੀਆਂ ਹੋਈਆਂ। ਦੂਸਰੀ ਸਭ ਤੋਂ ਵੱਡੀ ਗੱਲ, ਤੁਸੀਂ ਦੇਖੋਗੇ ਕਿ ਇਹਨਾਂ ਚੀਜ਼ਾਂ ਨੂੰ ਜੋੜਨ ਦੇ ਲਈ, ਇਹਨਾਂ ਨੂੰ ਤਕਰੀਬਨ ਸਹੀ ਢੰਗ ਦੇ ਨਾਲ ਖੜ੍ਹਾ ਕਰਨ ਦੇ ਲਈ ਸੀਮਟ ਦਾ ਇੱਕ ਵੀ ਜਿਹੜਾ ਹੈਗਾ ਤੁਬਕਾ ਕਹਿ ਲਈਏ, ਇੱਕ ਕਣ ਕਹਿ ਲਈਏ, ਉਸ ਦਾ ਇਸਤੇਮਾਲ ਇਹਨਾਂ ਪੂਰੇ ਸਟਰਕਚਰ ਦੇ ਵਿੱਚ ਨਹੀਂ ਕੀਤਾ ਗਿਆ। ਅਸੀਂ ਗੱਲ ਕਰਾਂਗੇ ਉਸ ਸ਼ਖਸੀਅਤ ਦੇ ਨਾਲ ਜਿਸਨੇ ਇਸ ਕਲਾ ਸਾਗਰ ਨੂੰ ਉਸਾਰਿਆ ਅਤੇ ਇਸ ਨੂੰ ਉਕੇਰਦੇ ਹੋਏ ਅੱਜ ਆਪਣੀ ਇੱਕ ਵੱਖਰੀ ਪਛਾਣ ਉਹਨਾਂ ਵੱਲੋਂ ਬਣਾ ਲਿੱਤੀ ਗਈ ਹੈ। ਕਲਾ ਸਾਗਰ ਦੇ ਅੰਦਰ ਸਥਾਪਿਤ ਜਿਨ੍ਹਾਂ ਕਲਾਕ੍ਰਿਤੀਆਂ ਨੂੰ ਤੁਸੀਂ ਦੇਖ ਰਹੇ ਹੋ, ਇਹ ਸੈਨੇਟਰੀ ਦੇ ਮਟੀਰੀਅਲ ਨਾਲ ਤਿਆਰ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਜੀ ਆਈ ਪਾਈਪ ਤੋਂ ਇਲਾਵਾ ਇੰਗਲਿਸ਼ ਕਮੋਡ ਦਾ ਵੀ ਇਸਤੇਮਾਲ ਕੀਤਾ ਗਿਆ ਅਤੇ ਦੂਜੇ ਵੱਡੇ ਵੱਡੇ ਸੈਰਾਮਿਕ ਪਾਈਪਾਂ ਦਾ ਇਸਤੇਮਾਲ ਕਰਦੇ ਹੋਏ ਬੜੀ ਹੀ ਖੂਬਸੂਰਤੀ ਦੇ ਨਾਲ ਇਹਨਾਂ ਕਲਾਕ੍ਰਿਤੀਆਂ ਨੂੰ ਤਿਆਰ ਕੀਤਾ ਗਿਆ। ਅਤੇ ਬਾਕੀ ਚੀਜ਼ਾਂ ਜੋ ਸੈਨੇਟਰੀ ਦੇ ਵਿੱਚ ਇਸਤੇਮਾਲ ਹੁੰਦੀਆਂ ਹਨ, ਜਿਵੇਂ ਟੈਂਕੀਆਂ ਵਗੈਰਾ, ਉਹਨਾਂ ਦਾ ਵੀ ਇਸਤੇਮਾਲ ਕਰਦੇ ਹੋਏ ਕਈ ਤਰ੍ਹਾਂ ਦੀ ਕਲਾਕ੍ਰਿਤੀਆਂ ਐਸੀਆਂ ਤਿਆਰ ਕੀਤੀਆਂ ਗਈਆਂ ਹਨ ਜਿਨ੍ਹਾਂ ਨੂੰ ਵੇਖ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਅਤੇ ਇਹਨਾਂ ਸਾਰੀ ਕਲਾਕ੍ਰਿਤੀਆਂ ਨੂੰ ਤਿਆਰ ਕਰਦੇ ਹੋਏ ਇਸ ਕਲਾ ਸਾਗਰ ਨੂੰ ਖੜਾ ਕਰਨ ਦਾ ਸਿਹਰਾ ਜਾਂਦਾ ਹੈ ਵਿਜੇ ਪਾਲ ਗੋਇਲ ਦੇ ਸਿਰ, ਜਿਨ੍ਹਾਂ ਨੇ ਆਪਣੇ ਜਨੂੰਨ ਅਤੇ ਜਜ਼ਬੇ ਦੇ ਚੱਲਦੇ ਆਪਣੇ ਅੰਦਰ ਲੁਕੀ ਹੋਈ ਕਲਾ ਨੂੰ ਉਜਾਗਰ ਕਰਦੇ ਹੋਏ ਅੱਜ ਆਪਣੀ ਇੱਕ ਵੱਖਰੀ ਪਛਾਣ ਬਣਾ ਲਈ ਹੈ, ਉਹ ਵੀ ਇਸ ਕਲਾ ਸਾਗਰ ਨੂੰ ਸਥਾਪਿਤ ਕਰਦੇ ਹੋਏ। ਅਤੇ ਇਹ ਸਿਲਸਿਲਾ ਅੱਜ ਤੋਂ ਨਹੀਂ ਬਲਕਿ ਲੰਬੇ ਅਰਸੇ ਤੋਂ ਜਾਰੀ ਹੈ। ਅਤੇ ਇਹਨਾਂ ਕਲਾਕ੍ਰਿਤੀਆਂ ਦੀ ਖਾਸ ਗੱਲ ਇਹ ਹੈ ਕਿ ਇਹਨਾਂ ਨੂੰ ਬਣਾਉਣ ਵਿੱਚ ਅਤੇ ਇਹਨਾਂ ਨੂੰ ਸਹੀ ਰੂਪ ਦੇਣ ਵਿੱਚ ਲੋਹੇ ਅਤੇ ਸੀਮੈਂਟ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕੀਤਾ ਗਿਆ। ਅਤੇ ਵਿਜੇਪਾਲ ਗੋਇਲ ਦੇ ਮੁਤਾਬਕ ਇਹਨਾਂ ਦੇ ਸਵਰੂਪ ਨੂੰ ਕਦੇ ਵੀ ਬਦਲਿਆ ਜਾ ਸਕਦਾ ਹੈ।
ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਮਾਈ ਪੰਜਾਬੀ ਟੀਵੀ 'ਤੇ। ਗੋਇਲ ਸਾਹਿਬ, ਕਿਸ ਤਰੀਕੇ ਨਾਲ ਇਹ ਵਿਚਾਰ ਕਦੋਂ ਮਨ 'ਚ ਆਇਆ ਵੀ ਯਾਰ ਇਹ ਵੇਸਟੇਜ ਚੀਜ਼ਾਂ ਜਿਹੜੀਆਂ ਬੇਕਾਰ ਹੋ ਚੁੱਕੀਆਂ ਨੇ ਵੀ ਇਹਨਾਂ ਨੂੰ ਵੀ ਕੰਮ ਵਿੱਚ ਲਿਆ ਜਾ ਸਕਦਾ, ਇਹ ਫੁਰਨਾ ਕਦੋਂ ਦਿਮਾਗ 'ਚ ਉੱਠਿਆ? ਇਹ ਜੀ ਮੇਰੇ ਕੋਲ ਹੋ ਗਏ ਜੀ 25-30 ਸਾਲ ਪਹਿਲਾਂ ਦੀ ਗੱਲ ਹੈ ਜੀ, ਪੁਰਾਣੀ ਗੱਲ ਹੈ, 30 ਸਾਲ ਪੁਰਾਣੀ ਹੈ। 25 ਸਾਲ ਮੈਨੂੰ ਉਰੇ ਹੋ ਗਏ ਜੀ ਆਰਟ ਬਣਾਉਂਦੇ ਹੋਏ। ਜਿਹੜਾ ਅਸੀਂ ਕਹਿੰਦੇ ਆਰਟ, ਮੈਂ ਪਹਿਲਾਂ ਤਾਂ ਸੌਖੀਆ ਤੌਰ 'ਤੇ ਬਣਾਏ ਸੀ ਘਰ ਜੀ, ਅਤੇ ਫਿਰ ਉਹ ਵੱਧਦਾ ਗਿਆ ਜੀ, ਵੱਧਦਾ ਗਿਆ ਤਾਂ ਫਿਰ ਇਨਵਾਇਰਮੈਂਟ ਵੱਲ ਵੀ ਧਿਆਨ ਗਿਆ। ਅਤੇ ਇਹ ਜਿਹੜੀ ਚਾਈਨਾ ਵੇਅਰ ਹੈ ਇਹ ਗਲਦੀ ਨਹੀਂ, ਸੜਦੀ ਨਹੀਂ ਜੀ, ਇਹਦਾ ਨੁਕਸਾਨ ਬੜਾ, ਇਹਦਾ ਕੋਈ ਡੰਪਿੰਗ ਗਰਾਊਂਡ ਵੀ ਲੱਗ ਤੋਂ ਨਹੀਂ ਹੈ, ਔਰ ਇਹਦੇ 'ਚ ਇੱਕ ਖਾਸੀਅਤ ਕੀ ਹੈ ਜੀ, ਇਹ ਕਿਤੇ ਸੇਲ ਵੀ ਨਹੀਂ ਹੁੰਦੀ, ਕਬਾੜੀਆਂ ਵੀ ਨਹੀਂ ਲੱਗਦੀ, ਬਿਲਕੁਲ ਠੀਕ ਹੈ। ਕਾਂਚਾ ਜੇ ਰੀਸਾਈਕਲਿੰਗ ਹੋ ਜਾਂਦਾ, ਇਹ ਰੀਸਾਈਕਲਿੰਗ ਨਹੀਂ ਹੁੰਦਾ। ਇਹਦੇ ਇਨਵਾਇਰਮੈਂਟ ਨੂੰ ਬੜਾ ਨੁਕਸਾਨ ਹੈ, ਪੰਛੀ ਨੂੰ ਇਹਦੇ 'ਚ ਪੰਛੀਆਂ ਦੇ ਪਰ ਕੱਟ ਜਾਂਦੇ, ਤਿੱਖਾ ਬੜਾ ਹੁੰਦਾ, ਤਿੱਖਾ ਹੁੰਦਾ ਬਿਲਕੁਲ ਟੁੱਟਦਾ, ਪੰਛੀਆਂ ਫਿਰ ਕਿਸੇ ਦਾ ਮੂੰਹ ਕੱਬਡ ਹੋ ਜਾਂਦਾ ਕਿਸੇ ਦੇ ਪਰ। ਉਹ ਅਸੀਂ ਇਹਨੂੰ ਨਾ ਬਗੈਰ ਸਮੈਂਟ ਤੋਂ ਇਸ ਤਰੀਕੇ ਨਾਲ ਆਰਟ 'ਚ ਬਦਲਤਾ ਟਣਾਂ ਦੇ ਹਿਸਾਬ ਨਾਲ। ਕਲਾ ਸਾਗਰ ਦੇ ਅੰਦਰ ਵਿਜੇਪਾਲ ਗੋਇਲ ਵੱਲੋਂ ਬਣਾਈਆਂ ਗਈਆਂ ਕੁਝ ਕਲਾਕ੍ਰਿਤੀਆਂ ਅਜਿਹੀਆਂ ਵੀ ਹਨ ਜਿਹੜੀਆਂ ਚੰਡੀਗੜ੍ਹ ਦੀਆਂ ਮਸ਼ਹੂਰ ਥਾਵਾਂ ਦੀਆਂ ਯਾਦ ਤਰੋ ਤਾਜ਼ਾ ਕਰ ਦਿੰਦੀਆਂ ਹਨ, ਜਿਵੇਂ ਕਿ ਮਟਕਾ ਚੌਂਕ ਦਾ ਇਹ ਮਾਡਲ ਜਿਹੜਾ ਵਿਜੇਪਾਲ ਗੋਇਲ ਵੱਲੋਂ ਤਿਆਰ ਕੀਤਾ ਗਿਆ। ਇਸ ਤੋਂ ਇਲਾਵਾ ਆਪਣੇ ਇਸ ਆਰਟ ਨੂੰ ਦਰਸਾਉਣ ਦਾ ਮੌਕਾ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵੀ ਉਹਨਾਂ ਨੂੰ ਦਿੱਤਾ ਜਾਂਦਾ ਹੈ, ਜਿਵੇਂ ਰੋਜ਼ ਫੈਸਟੀਵਲ ਦੇ ਵਿੱਚ ਉਹਨਾਂ ਦੀ ਕਲਾਕ੍ਰਿਤੀਆਂ ਹਰ ਕਿਸੇ ਦੇ ਲਈ ਖਿੱਚ ਦਾ ਕੇਂਦਰ ਬਣ ਜਾਂਦੀਆਂ ਹਨ। ਇਹ ਆਪਣੇ ਆਪ 'ਚ ਬੇਹੱਦ ਸੋਚਣ ਵਾਲੀ ਗੱਲ ਹੈ ਕਿ ਇੱਕ ਇਨਸਾਨ ਜਿਹੜਾ ਆਪਣੀ ਸੋਚ ਦੇ ਰਾਹੀਂ ਇੱਕ ਵੇਸਟ ਮਟੀਰੀਅਲ ਦੇ ਜ਼ਰੀਏ ਇੱਕ ਅਜਿਹੀ ਕਲਾਕ੍ਰਿਤੀਆਂ ਜਿਹੜੀਆਂ ਵੇਖਣ ਯੋਗ ਨੇ ਉਹ ਤਿਆਰ ਕਰ ਰਿਹਾ ਚੰਡੀਗੜ੍ਹ ਦੇ ਵਿੱਚ। ਅਗਰ ਗੱਲ ਕੀਤੀ ਜਾਵੇ ਚੰਡੀਗੜ੍ਹ ਦਾ ਬੇਹੱਦ ਪੌਸ਼ ਇਲਾਕਾ ਸੈਕਟਰ 36, ਇੱਥੇ ਇਹਨਾਂ ਵੱਲੋਂ ਇਹ ਚੀਜ਼ਾਂ ਤਿਆਰ ਕੀਤੀਆਂ ਜਾ ਰਹੀਆਂ ਨੇ। ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਮਿੰਨੀ ਮਟਕਾ ਚੌਂਕ ਦਾ ਜਿਹੜਾ ਮਾਡਲ ਹੈ, ਅਗਰ ਚੰਡੀਗੜ੍ਹ ਦੇ ਬਛਿੰਦੇ ਸੈਕਟਰ 9 ਵੱਲ ਜਾਣ ਤਾਂ ਹਾਊਸਿੰਗ ਬੋਰਡ ਚੌਂਕ ਜਿਹਨੂੰ ਕਿਹਾ ਜਾਂਦਾ ਉੱਥੇ ਹੁਣ ਮਟਕਾ ਚੌਂਕ ਹੋ ਗਿਆ, ਕਿਉਂਕਿ ਉੱਥੇ ਮਟਕਾ ਲਗਾ ਦਿੱਤਾ ਗਿਆ। ਹੂ ਬਹੂ ਮਟਕੇ ਦਾ ਉਹੀ ਮਾਡਲ ਜਿਹੜਾ ਹੈਗਾ ਉਹ ਇੱਥੇ ਵੀ ਵਿਜੇਪਾਲ ਗੋਇਲ ਜੀ ਵੱਲੋਂ ਤਿਆਰ ਕਰਕੇ ਸੁਸ਼ੋਭਿਤ ਕੀਤਾ ਗਿਆ, ਸਜਾ ਕੇ ਰੱਖਿਆ ਗਿਆ। ਅਤੇ ਵਾਕਈ ਅਹਿਸਾਸ ਹੁੰਦਾ ਇਸ ਗੱਲ ਦਾ ਕਿ ਅਸੀਂ ਮਿੰਨੀ ਮਟਕਾ ਚੌਂਕ ਜਿਹੜਾ ਹੈਗਾ ਉਹ ਉੱਥੇ ਘੁੰਮ ਰਹੇ ਹਾਂ। ਬਿਲਕੁਲ ਗੋਇਲ ਸਾਹਿਬ, ਹੋਰ ਅਗਰ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਕਦੀ ਪਰਿਵਾਰ ਨੇ ਕਿਹਾ ਨਹੀਂ ਵੀ ਗੋਇਲ ਸਾਹਿਬ ਕੀ ਕਰੀ ਜਾਂਦੇ ਹੋ? ਮੇਰੇ ਕੋਈ ਕਰਿਆ ਜੀ, ਪਹਿਲਾਂ ਮੇਰੇ ਮਕਾਨ ਵਿਕ ਗਏ, ਕੋਠੀ ਵਿਕ ਗਈ ਸੀ, ਪਲਾਟ ਵਿਕ ਗਏ, ਇਸੇ ਸ਼ੌਕ ਦੇ ਵਿੱਚ ਕਿ ਅਸੀਂ ਇੱਕ ਦਿਨ ਅੱਗੇ ਵਧਾਂਗੇ। ਮੈਂ ਹਿੰਦੁਸਤਾਨ ਦੀ ਗੱਲ ਕਰਦਾ, ਬਾਹਰ ਦੀ ਨਹੀਂ। ਜਿਹੜੇ ਮੈਂ ਇਨਵਾਇਰਮੈਂਟ ਕਹਿ ਰਿਹਾ ਉਹ ਆਪਣੇ ਆਪਣੇ ਫੀਲਡ 'ਚ ਚੰਗੇ ਲੱਗਿਆ, ਕੋਈ ਪੰਨੀ 'ਤੇ ਲੱਗਿਆ, ਕੋਈ ਪੇੜ ਪੌਦਿਆਂ 'ਤੇ ਲੱਗਿਆ, ਕੋਈ ਧੂੰਏ 'ਤੇ ਲੱਗਿਆ, ਪਰ ਅੱਜ ਤੱਕ ਕਿਸੇ ਦਾ ਇਸ ਇੰਨੇ ਬੜੇ ਪ੍ਰੋਜੈਕਟ 'ਤੇ ਧਿਆਨ ਨਹੀਂ ਧਿਆਨ ਜਿਹੜਾ ਕਿ ਮੇਰਾ ਹਜ਼ਾਰੋਂ ਸਾਲ ਇਹ ਚੱਲੇਗਾ, ਔਰ ਕਿਉਂਕਿ ਇਹਨੇ ਚੀਜ਼ ਨੇ ਸੈਰਾਮਿਕ ਨੇ ਖਰਾਬ ਹੀ ਨਹੀਂ ਹੋਣਾ, ਜਾਂ ਜਿਹੜਾ ਤੁਸੀਂ ਮਟੀਰੀਅਲ ਯੂਜ਼ ਕਰ ਰਹੇ ਬੰਦੇ ਬਣਾਏ ਹੋਏ ਜੀ, ਆ ਮਟਕਾ ਚੌਂਕ ਬਣਾਇਆ ਹੋਇਆ ਜੀ। ਦੇਖੋ ਅੰਦਰ ਵੀ ਮੇਰੇ ਬਹੁਤ ਅੰਦਰ ਪਹਿਲਾਂ ਡਿਸਪਲੇ ਸੀਗੀ, ਅੱਜ ਮੇਰੀ ਉਹ ਛੋਟੀ ਡਿਸਪਲੇ ਬੰਦ ਹੈ, ਮੈਂ ਅੱਧਾ ਇੰਚ ਤੋਂ ਲੈ ਕੇ ਬਹੁਤ ਵੱਡੀ ਆਈਟਮ ਤੱਕ ਬਣਾਉਂਦਾ ਜੀ। ਅੱਛਾ ਜੀ, ਬਹਰਹਾਲ ਆਪਣੇ ਦਰਸ਼ਕਾਂ ਲਈ ਅਸੀਂ ਦਿਖਾਉਣਾ ਚਾਹਾਂਗੇ ਬਿਲਕੁਲ ਨੇੜਿਓਂ ਇਹ ਮਟਕਾ ਚੌਂਕ ਜਿਹੜਾ ਹੈਗਾ ਉਹ ਅਹਿਸਾਸ ਕਰਵਾ ਰਿਹਾ ਚੰਡੀਗੜ੍ਹ ਦੇ ਸੈਕਟਰ 9 ਦੇ ਚੌਂਕ ਦਾ। ਲੇਕਿਨ ਆਪਣੇ ਦਰਸ਼ਕਾਂ ਨੂੰ ਅਸੀਂ ਦੱਸ ਦਈਏ ਕਿ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਜਿਹੜਾ ਮਟਕਾ ਚੌਂਕ ਤਿਆਰ ਕੀਤਾ ਉਹਦੇ ਵਿੱਚ ਸੀਮਟ, ਸਰੀਆ, ਹੋਰ ਸਟਰਕਚਰ ਜਿਹੜਾ ਉਹ ਇਸਤੇਮਾਲ ਕੀਤਾ ਗਿਆ। ਲੇਕਿਨ ਅਗਰ ਵਿਜੇਪਾਲ ਜੀ ਗੋਇਲ ਵੱਲੋਂ ਇਸ ਤਿਆਰ ਕੀਤੇ ਮਟਕਾ ਚੌਂਕ ਦੀ ਗੱਲ ਕੀਤੀ ਜਾਵੇ ਤਾਂ ਮਹਿਜ਼ ਟੈਂਕੀਆਂ ਦੇ ਜਿਹੜੇ ਢੱਕਣ ਹੁੰਦੇ ਨੇ ਉਹਨਾਂ ਦੇ ਨਾਲ ਜਿਹੜਾ ਹੈਗਾ ਉਹ ਤਿਆਰ ਕੀਤਾ ਗਿਆ, ਔਰ ਸਾਰੇ ਦਿਨ 'ਚ 1 ਰੁਪਏ ਦੀ ਲਾਈਟ ਨਹੀਂ ਲੱਗਦੀ ਜੀ।
ਇਹ ਮਤਲਬ ਸੋਲਰ ਛੋਟੀ ਮੋਟਰ ਆ, ਛੋਟੇ ਪੰਪ ਹੈ। ਅੱਛਾ, ਕੂਲਰ ਟਾਈਪ ਕੂਲਰ ਵਾਲਾ ਪੰਪ ਹੈ ਜੀ, ਬਿਲਕੁਲ। ਤੁਸੀਂ ਇੱਕ, ਸੋਰੀ, ਇੱਕ ਰੁਪਈਆ ਗਿਆ, ਇੱਕ ਯੂਨਿਟ ਨਹੀਂ ਲੱਗਦੀ ਸਾਰੇ ਦਿਨ 'ਚ ਅਗਰ ਅਸੀਂ ਚਲਾਈਏ। ਇੱਕ ਯੂਨਿਟ ਪੂਰੇ ਦਿਨ 'ਚ ਖਰਚ ਹੋਏਗੀ, ਯਾਨੀ ਕਿ ਕੋਈ ਜ਼ਿਆਦਾ ਖਰਚਾ ਨਹੀਂ ਪੈਂਦਾ। ਪਰ ਪਾਣੀ ਵੀ ਅਸੀਂ ਜ਼ਿਆਦਾ ਕੋਈ ਥੋੜ੍ਹਾ ਦੋ ਤਿੰਨ ਬਾਲਟੀਆਂ ਦੋ ਜ਼ਿਆਦਾ ਤੁਸੀਂ 100 ਲੀਟਰ ਪਾਣੀ ਰੱਖ ਲਓ, ਇਹੀ ਚੱਲ ਰਿਹਾ ਜੀ। ਇਹ ਇਹ ਜਿਹੜੀ ਸੀਟ ਖਰਾਬ ਹੋ ਜਾਂਦੀ ਹੈ ਉਹਦਾ ਉੱਪਰਲਾ ਵੱਢ ਦਿੰਦਾ, ਅਤੇ ਨਿਚਲਾ ਬੱਤਕ ਵੀ ਹੋ ਗਈ, ਗਮਲਾ ਵੀ ਹੋ ਗਿਆ, ਫੁੱਲ ਸੁੱਕ ਗਏ, ਮੋਰ ਛੱਡਦੇ ਨਹੀਂ ਜੀ ਮੋਰ, ਹੈ ਨਾ ਪੂਰੇ। ਜਿਹੜਾ ਜਿਹਦੀ ਨੀਚੋਂ ਖਰਾਬ ਹੋ ਗਈ ਉਹਦੇ ਅਸੀਂ ਉੱਪਰੋਂ ਚੈਨ ਬਣਾਤੀ। ਆਹ ਦੇਖੋ ਸਾਹਮਣੇ, ਆਹ ਦੇਖੋ ਸਾਰੇ, ਤੁਸੀਂ ਦੇਖ ਸਕਦੇ ਹੋ ਕਿ ਇਹ ਇੰਗਲਿਸ਼ ਸੀਟਾਂ ਦਾ ਉੱਪਰਲਾ ਹਿੱਸਾ ਜਿਹੜਾ ਖਰਾਬ ਹੋਣ ਤੋਂ ਬਾਅਦ, ਸੀਟ ਦੇ ਖਰਾਬ ਹੋਣ ਤੋਂ ਬਾਅਦ ਵਿਜੇਪਾਲ ਗੋਇਲ ਜੀ ਵੱਲੋਂ ਕੱਢਿਆ ਗਿਆ। ਅਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਇੱਕ ਬਾਉਂਡਰੀ ਜੀ ਜਿਹੜੀ ਹੈਗੀ ਹੈ ਉਹ ਤਿਆਰ ਕਰ ਦਿੱਤੀ ਗਈ ਹੈ। ਅਜਿਹਾ ਨਹੀਂ ਕਿ ਵਿਜੇਪਾਲ ਗੋਇਲ ਦੀ ਮਿਹਨਤ ਨੂੰ ਕਿਸੇ ਨੇ ਪਛਾਣਿਆ ਨਹੀਂ। ਚੰਡੀਗੜ੍ਹ ਪ੍ਰਸ਼ਾਸਨ ਨੇ ਉਹਨਾਂ ਦੇ ਆਰਟ ਦੀ ਬਰੀਕੀ ਨੂੰ ਸਮਝਦੇ ਹੋਏ ਉਹਨਾਂ ਨੂੰ ਨਾ ਸਿਰਫ ਜ਼ਮੀਨ ਦਿੱਤੀ ਬਲਕਿ ਟੂਰਿਜ਼ਮ ਦੇ ਲਿਹਾਜ਼ ਨਾਲ ਇਸ ਜਗ੍ਹਾ ਨੂੰ ਚਮਕਾਉਣ ਦਾ ਜ਼ਿੰਮਾ ਵੀ ਵਿਜੇਪਾਲ ਗੋਇਲ ਨੂੰ ਦਿੱਤਾ, ਜਿਸ ਦੇ ਤਹਿਤ ਉਹਨਾਂ ਨੇ ਅੱਜ ਇਸ ਥਾਂ ਨੂੰ ਕਲਾ ਸਾਗਰ ਦੇ ਵਿੱਚ ਤਬਦੀਲ ਕਰਕੇ ਰੱਖ ਦਿੱਤਾ। ਅਤੇ ਜਦੋਂ ਤੁਸੀਂ ਇਸ ਆਰਟ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਜਾਂ ਆਪਣੇ ਇਸ ਆਰਟ ਦੀਆਂ ਆਰਟ ਦੇ ਰਾਹੀਂ ਚੀਜ਼ਾਂ ਬਣਾਉਂਦੇ ਹੋਏ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੋਏਗੀ, ਜਦੋਂ ਸੋਚਿਆ ਹੋਏਗਾ ਵੀ ਯਾਰ ਇਹ ਆਪਾਂ ਕਰਨਾ ਕਿੱਥੇ ਹੈ, ਜਗ੍ਹਾ ਕਿੱਥੋਂ ਆਏਗੀ, ਤਾਂ ਉਹ ਸਬੱਬ ਕਿਵੇਂ ਬਣਿਆ? ਕਿਉਂਕਿ ਇਹ ਜਗ੍ਹਾ ਜਿਹੜੀ ਹੈ ਸਰਕਾਰੀ ਹੈ। ਸਰਕਾਰੀ ਹੈ ਜੀ, ਇਹ ਸਰਕਾਰ ਨੇ ਨਾ ਇੱਕ ਇਹਨੂੰ ਕਲਾ ਡਿਵੈਲਪ ਕਰਨ ਵਾਸਤੇ ਦਿਆ ਸੀ ਆਰਟ, ਵੀ ਤੁਸੀਂ ਇੱਕ ਟੂਰਿਜ਼ਮ ਪਲੇਸ ਬਣਾਓ ਨਵੇਂ ਸਿਰੇ ਤੋਂ, ਅਤੇ ਅਫਸਰ ਬਦਲ ਗਏ ਤਾਂ ਮਾਹੌਲ ਬਦਲ ਗਿਆ, ਉਹ ਵਿੱਚ ਹੀ ਰਹਿ ਗਿਆ ਪ੍ਰੋਜੈਕਟ। ਤਾਂ ਇਸ ਪ੍ਰੋਜੈਕਟ ਨੂੰ ਕਰਨ ਦੇ ਵਿੱਚ ਜਿਹੜਾ ਹੈਗਾ ਉਹ ਕਿਸੇ ਤਰੀਕੇ ਦੀ ਐਡਮਿਨਿਸਟ੍ਰੇਸ਼ਨ ਵੱਲੋਂ ਮਦਦ ਕੀਤੀ ਜਾਂਦੀ ਹੈ? ਬਹੁਤ ਕੀਤੀ ਜੀ। ਦੇਖੋ ਮੈਨੂੰ ਉੱਥੇ ਤੱਕ ਲੈਂਡ ਦਿੱਤੀ ਆ, 5-3 ਸਾਲ ਅਸੀਂ ਲੈਜਰ ਵੈਲੀ 'ਚ ਰਹੇ ਹਾਂ, ਉੱਥੇ ਵੀ ਚੌਂਕੀਦਾਰ, ਬਿਜਲੀ, ਪਾਣੀ, ਮਟੀਰੀਅਲ ਆ, ਰੇਲ ਦੇ ਇੰਜਨ ਦਾ ਮਟੀਰੀਅਲ ਗੌਰਮੈਂਟ ਨੇ ਜੀ, ਠੀਕ ਹੈ ਜੀ। ਉਹ ਸਾਈਕਲ ਵੀ ਬਣਵਾਈ ਮੇਰੇ ਤੋਂ ਇੱਕ ਐਮ ਸੀ ਨੇ ਮਿਊਨਿਸਪਲ ਕਾਰਪੋਰੇਸ਼ਨ ਚੰਡੀਗੜ੍ਹ। ਮੈਨੂੰ ਉੱਥੇ ਇੱਕ ਫਿਰ ਗਵਰਨਰ ਸਾਹਿਬ ਨੇ ਅਵਾਰਡ ਵੀ ਦਿਆ ਹੁਣ ਜੀ, 2 ਅਕਤੂਬਰ 'ਤੇ, 15 ਅਗਸਤ 'ਤੇ ਵੀ ਦਿਆ ਸੀ, ਅੱਜ ਤੋਂ 25 ਸਾਲ ਪਹਿਲਾਂ ਜੀ। ਉਹਦੇ 'ਚ ਮੈਨੂੰ ਜਗ੍ਹਾ ਦੇਈ, ਅਵਾਰਡ ਦਿਆ, 25,000 ਰੁਪਏ ਦੇ। ਸਰਕਾਰ ਨੂੰ ਬਹੁਤ ਕਾਫੀ ਮਟੀਰੀਅਲ ਦਿਆ ਜੀ ਸਰਕਾਰ ਨੇ ਜੀ, ਹੁਣ ਵੀ ਕਰੀ ਜਾਂਦੀ ਹੈ, ਐਮ ਸੀ ਵੀ ਕਰਦੀ ਹੈ ਬਹੁਤ। ਗਜਬ ਦੇ ਬੰਦੇ ਦੀ ਅਜਬ ਕਲਾ ਦਾ ਨਮੂਨਾ ਹੈ ਕਲਾ ਸਾਗਰ। ਵਿਜੇਪਾਲ ਗੋਇਲ ਵੱਲੋਂ ਵੇਸਟ ਮਟੀਰੀਅਲ ਦੇ ਨਾਲ ਇੱਕ ਵੱਡਾ ਸਾਰਾ ਸਾਈਕਲ ਵੀ ਆਜ਼ਾਦ ਕੀਤਾ ਗਿਆ ਜੋ ਸਭ ਦੇ ਲਈ ਖਿੱਚ ਦਾ ਕੇਂਦਰ ਬਣ ਗਿਆ। ਅਤੇ ਹੁਣ ਇਸ ਸਾਈਕਲ ਨੂੰ ਚੰਡੀਗੜ੍ਹ ਦੇ ਇੱਕ ਚੌਂਕ ਵਿੱਚ ਸਥਾਪਿਤ ਕਰਦੇ ਹੋਏ ਉਸ ਚੌਂਕ ਨੂੰ ਸਾਈਕਲ ਚੌਂਕ ਦਾ ਨਾਂ ਹੀ ਦੇ ਦਿੱਤਾ ਗਿਆ। ਦੋਸਤੋ, ਵੇਸਟ ਮਟੀਰੀਅਲ ਨੂੰ ਜਿਹੜਾ ਅਸੀਂ ਲੋਕ ਸੁੱਟ ਦਿੰਦੇ ਹਾਂ ਉਸ ਦੇ ਨਾਲ ਕਲਾਕ੍ਰਿਤੀਆਂ ਤਿਆਰ ਕੀਤੀਆਂ ਜਾ ਸਕਦੀਆਂ ਨੇ, ਇਹ ਸੋਚ ਜਿਹੜੀ ਵਿਜੇਪਾਲ ਗੋਇਲ ਦੀ ਹੈ ਉਹ ਬੇਹੱਦ ਕਾਬਿਲੇ ਤਾਰੀਫ ਹੈ। ਤੁਸੀਂ ਦੇਖ ਸਕਦੇ ਹੋ ਕਿ ਰੇਲ ਗੱਡੀ ਦਾ ਇੰਜਨ ਜਿਹੜਾ ਹੈਗਾ ਉਹ ਟੋਟਲ ਵੇਸਟ ਮਟੀਰੀਅਲ ਨਾਲ ਤਿਆਰ ਕੀਤਾ ਗਿਆ। ਅੱਗੇ ਦੀ ਗੱਲ ਕੀਤੀ ਜਾਵੇ ਤਾਂ ਟੈਂਕੀਆਂ ਦਾ ਇਸਤੇਮਾਲ ਕੀਤਾ ਗਿਆ, ਬੇਹੱਦ ਪੁਰਾਣੇ ਦੌਰ ਦੀਆਂ ਟੈਂਕੀਆਂ ਜਿਹੜੀਆਂ ਲੋਹੇ ਦੀ ਹੁੰਦੀਆਂ ਸੀ ਅਤੇ ਚੰਡੀਗੜ੍ਹ ਵਿੱਚ ਸਰਕਾਰੀ ਕੁਆਟਰਾਂ ਦੇ ਵਿੱਚ ਇਸਤੇਮਾਲ ਹੁੰਦੀਆਂ ਸੀ, ਉਸ ਦਾ ਇਸਤੇਮਾਲ ਕਰਦੇ ਹੋਏ ਜਿਹੜਾ ਹੈਗਾ ਇਸ ਕਰੀ ਕਲਾਕ੍ਰਿਤੀ ਨੂੰ ਤਿਆਰ ਕੀਤਾ ਗਿਆ, ਇਸ ਪੂਰੇ ਰੇਲ ਦੇ ਇੰਜਨ ਨੂੰ ਤਿਆਰ ਕੀਤਾ ਗਿਆ। ਪੁਰਾਣਾ ਮਾਡਲ ਰੇਲ ਇੰਜਨ ਦਾ ਜਿਹੜਾ ਹੈਗਾ ਉਹ ਇੱਥੇ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਵੇਂ ਇਸ ਜਗ੍ਹਾ ਦੀ ਅਗਰ ਗੱਲ ਕੀਤੀ ਜਾਵੇ ਤਾਂ ਪੁਰਾਣੀ ਰੇਲ ਗੱਡੀਆਂ ਦੇ ਵਿੱਚ ਸਟੀਮ ਇੰਜਨ ਜਿਹੜੇ ਹੁੰਦੇ ਸੀ ਉਹਨਾਂ ਵਿੱਚ ਕੋਲਾ ਪਾਉਣ ਦੀ ਥਾਂ ਹੁੰਦੀ ਸੀ, ਉਸ ਨੂੰ ਵੇਸਟ ਦੇ ਰਾਹੀਂ ਦਰਸਾਇਆ ਗਿਆ, ਉਹਨੂੰ ਬਣਾਇਆ ਗਿਆ। ਦੂਸਰਾ, ਅਗਰ ਗੱਲ ਕੀਤੀ ਜਾਵੇ ਤਾਂ ਪੁਰਾਣੀ ਲੋਹੇ ਦੀ ਟੈਂਕੀਆਂ ਜਿਹੜੀਆਂ ਪੂਰੇ ਤਰੀਕੇ ਨਾਲ ਉਹਨਾਂ ਦੇ ਢੱਕਣ ਗੋਲ ਹੁੰਦੇ ਸੀ, ਉਹਨਾਂ ਦਾ ਇਸਤੇਮਾਲ ਰੇਲ ਗੱਡੀ ਦੇ ਪਹੀਆਂ ਦੇ ਤੌਰ 'ਤੇ ਕੀਤਾ ਗਿਆ। ਯਾਨੀ ਦੁਨੀਆ ਦੇ ਅੰਦਰ ਕੋਈ ਵੀ ਚੀਜ਼ ਜਿਹੜੀ ਹੈ ਉਹ ਬੇਕਾਰ ਨਹੀਂ ਹੈ, ਇਹ ਸੁਨੇਹਾ ਵੀ
ਇਹ ਕਲਾ ਕੇਂਦਰ ਅਤੇ ਵਿਜੇ ਪਾਲ ਗੋਇਲ ਵੱਲੋਂ ਦਿੱਤਾ ਜਾ ਰਿਹਾ, ਕਿਉਂਕਿ ਕਿਸੇ ਵੀ ਚੀਜ਼ ਦੇ ਨਾਲ ਤੁਸੀਂ ਛੇੜਛਾੜ ਕਰਦੇ ਹੋਏ ਉਸ ਨੂੰ ਕਲਾ ਦਾ ਰੂਪ ਵੀ ਦੇ ਸਕਦੇ ਹੋ, ਇਹ ਗੱਲ ਵੀ ਆਪਣੇ ਆਪ 'ਚ ਨਵੇਕਲੀ ਹੈ ਅਤੇ ਸਿੱਖਣ ਵਾਲੀ ਹੈ ਵਿਜੇ ਪਾਲ ਗੋਇਲ ਵੱਲੋਂ, ਜਿਨ੍ਹਾਂ ਨੇ ਹਰ ਵੇਸਟ ਦਾ ਇਸਤੇਮਾਲ ਕਰਦੇ ਹੋਏ ਬਿਨਾਂ ਸੀਮਟ ਨੂੰ ਯੂਜ਼ ਕੀਤੇ ਹੋਏ ਇਹ ਜਿਹੜਾ ਕਬਾੜ ਦਾ ਜੁਗਾੜ ਤਿਆਰ ਕੀਤਾ ਉਹ ਆਪਣੇ ਆਪ ਵਿੱਚ ਬੇਹੱਦ ਸੋਹਣਾ ਲੱਗ ਰਿਹਾ ਅਤੇ ਲੋਕ ਜਿਹੜਾ ਹੈਗਾ ਉਹ ਵੀ ਇੱਥੇ ਇਸ ਕਲਾਕ੍ਰਿਤੀਆਂ ਨੂੰ ਦੇਖਣ ਲਈ ਪਹੁੰਚਦੇ ਨੇ ਅਤੇ ਵਿਜੇ ਪਾਲ ਗੋਇਲ ਦੀ ਤਾਰੀਫ ਕੀਤੇ ਬਿਨਾਂ ਉਹ ਵੀ ਨਹੀਂ ਰਹਿ ਸਕਦੇ। ਬਹਰਹਾਲ ਅਗਲੀ ਵਾਰ ਫਿਰ ਕਿਸੇ ਹੋਰ ਨਵੀਂ ਨਵੇਕਲੀ ਸ਼ਖਸੀਅਤ ਅਤੇ ਨਵੇਕਲੀ ਇੱਦਾਂ ਦੀ ਕੋਈ ਗੱਲਬਾਤ ਲੈ ਕੇ ਕੋਈ ਨਵੀਂ ਸਟੋਰੀ ਲੈ ਕੇ ਫਿਰ ਮੁਖਾਤਬ ਹੋਵਾਂਗੇ। ਫਿਲਹਾਲ ਸਾਨੂੰ ਦਿਓ ਇਜਾਜ਼ਤ। ਕੈਮਰਾਮੈਨ ਜਗਰੂਪ ਸਿੰਘ ਦੇ ਨਾਲ ਮੈਂ ਗਗਨਦੀਪ ਨਾਰੰਗ, ਮਾਈ ਪੰਜਾਬੀ ਟੀਵੀ, ਚੰਡੀਗੜ੍ਹ।